ਦੋਸਤੋ, ਅੱਜ 3 ਦਸੰਬਰ ਦੀਆਂ ਸਿੱਖ ਤਾਰੀਖ ਦੀਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ 1986 ਦੀ ਹੈ। ਅਸੀਂ ਜਾਣਦੇ ਵੀ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ, ਨਹੀਂ ਮਿਲਿਆ, ਪਰ ਇਸ ਦੇ ਬਾਵਜੂਦ ਸੁਰਜੀਤ ਪਰਨਾੜਾ, ਜਿਹੜਾ ਰਾਜੀਵ ਗਾਂਧੀ ਨੇ ਆਪਣੇ ਇਸ਼ਾਰਿਆਂ 'ਤੇ ਚੱਲਣ ਲਈ ਚੀਫ ਮਿਨਿਸਟਰ ਬਣਾਇਆ ਸੀਗਾ, ਉਸਨੂੰ ਜਦੋਂ ਅਕਾਲੀਆਂ ਨੇ ਉਹਦੀ ਵਿੱਚੋਂ ਬਗਾਵਤ ਹੋ ਗਈ, ਜਦੋਂ ਦਰਬਾਰ ਸਾਹਿਬ ਦੇ ਉੱਤੇ ਫਿਰ ਫੌਜ ਭੇਜੀ ਉਹਨੇ 30 ਮਈ ਤੋਂ ਬਾਅਦ ਦੀ ਘਟਨਾ ਜਿਹੜੀ ਹੈ 1986, ਅਤੇ ਉਸ ਤੋਂ ਬਾਅਦ ਬਗਾਵਤ ਹੋਈ, ਅਕਾਲੀ ਨੂੰ ਛੱਡ ਕੇ ਕਾਂਗਰਸ ਦੀ ਸਪੋਰਟ ਕਰ ਦਿੱਤੀ। ਅਤੇ ਹੁਣ ਕਿਉਂਕਿ ਉਹ ਕਾਂਗਰਸ ਦੀ ਸਪੋਰਟ ਨਾਲ ਚੱਲ ਰਿਹਾ ਸੀ, ਕਾਂਗਰਸ ਦੇ ਸਾਰੇ ਹੁਕਮ ਮੰਨਦਾ ਸੀਗਾ, ਤਾਂ ਪੰਜਾਬ ਵਿੱਚ ਘਟਨਾਵਾਂ ਜਿਹੜੀਆਂ ਦਹਿਸ਼ਤਗਰਦੀ ਦੀਆਂ, ਜਿਹੜੀਆਂ ਕਤਲੇਆਮ ਦੀਆਂ, ਮਾਰਕੁੱਟ ਦੀਆਂ ਕਰਦੀਆਂ ਚੱਲ ਰਹੀਆਂ ਸਨ, ਗ੍ਰਿਫਤਾਰੀਆਂ ਚੱਲ ਰਹੀਆਂ ਸਨ, ਤਾਂ ਸੁਰਜੀਤ ਪਰਨਾੜੇ ਕੋਲ ਕੰਟਰੋਲ ਨਹੀਂ ਸੀ ਹੋ ਰਿਹਾ, ਕਿਉਂਕਿ ਪੰਜਾਬ ਦੀ ਲਹਿਰ ਬਹੁਤ ਜ਼ਬਰਦਸਤ ਲਹਿਰ ਸੀਗੀ। ਤੋ ਇਸਨੇ 3 ਦਸੰਬਰ ਦੇ 1986 ਦੇ ਦਿਨ ਪੰਜਾਬ ਦੇ ਤਕਰੀਬਨ 16 ਤਹਿਸੀਲਾਂ ਜਿਹੜੀਆਂ ਨੇ, ਸਾਰੇ ਪੰਜਾਬ 'ਚੋਂ 16 ਤਹਿਸੀਲਾਂ ਜਿਹੜੀਆਂ ਨੇ ਉਹ ਫੌਜ ਦੇ ਹਵਾਲੇ ਕਰ ਦਿੱਤੀਆਂ, ਬਈ ਇਹਦੇ 'ਤੇ ਫੌਜ ਜਿਹੜੀ ਹੈ ਆ ਗਏ, ਕਿਉਂਕਿ ਅਸੀਂ ਜਾਣਦੇ ਕੋਈ ਵੀ ਜਾਂਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਦੀ ਪ੍ਰਧਾਨਗੀ ਜਿਹੜੀ ਹੈ ਖੁਸ਼ਕੀ ਸੀ ਇਹਨਾਂ ਕੋਲ, ਅਤੇ ਕਾਬਰ ਸਿੰਘ ਜਿਹੜਾ ਹਾਰ ਗਿਆ ਸੀਗਾ, ਅਤੇ ਜਿਹੜਾ ਗੁਰਚਰਨ ਸਿੰਘ ਚੋੜਾ ਜਿੱਤ ਗਿਆ ਸੀਗਾ, ਤੋ ਗੁਰਚਰਨ ਸਿੰਘ ਚੋੜਾ ਨੇ ਜਾਣ ਅਗਲੇ ਦਿਨ ਗ੍ਰਿਫਤਾਰ ਕਰ ਲਿਆ ਗਿਆ, ਪਰ ਚੋੜਾ ਨੇ ਜਾਣ ਤੋਂ ਪਹਿਲਾਂ ਜਿਹੜੀ ਟਾਸਕ ਫੋਰਸ ਦੇ ਸੁਰਜੀਤ ਪਰਨਾੜੇ ਨੇ ਬਣਾਈ ਸੀ ਉਹਨੂੰ ਤੋੜਨ ਦਾ ਫੈਸਲਾ ਕਰ ਲਿਆ, ਗੁਰੂ ਨਾਨਕ ਨਿਵਾਸ 'ਚ ਉਹਨਾਂ ਦੇ ਕਬਜ਼ੇ ਖਾਲੀ ਕਰਾ ਰਿਹਾ, ਜਦੋਂ ਨਾ ਕੀਤਾ ਤਾਂ ਬਿਜਲੀ ਦੇ ਕੁਨੈਕਸ਼ਨ ਉਹਨਾਂ ਦੇ ਕੱਟ ਦਿੱਤੇ, ਫਿਰ ਅਖੀਰ ਭੱਜ ਗਏ। ਤੋ ਇਹ ਤਾਂ ਗੁੱਸੇ 'ਚ ਆ ਕੇ ਉਸਨੇ ਸੁੱਚਾ ਸਿੰਘ ਛੋਟੇਪੁਰ, ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਚੋੜਾ, ਸੁਰਜਨ ਸਿੰਘ ਠੇਕੇਦਾਰ, ਸੁਖਜਿੰਦਰ ਸਿੰਘ ਵੇਰਾ ਨੂੰ ਨੈਸ਼ਨਲ ਸਿਕਿਉਰਿਟੀ 'ਚ ਗ੍ਰਿਫਤਾਰ ਕਰਕੇ ਦੂਰ ਦੁਰਾਡੀਆਂ ਜੇਲ੍ਹਾਂ 'ਚ ਭੇਜ ਦਿੱਤਾ ਸੀਗਾ। ਅਤੇ ਇਸ ਦੇ ਬਾਵਜੂਦ ਜਦ ਗੜਬੜ ਨਹੀਂ ਸੀ ਚੱਲ ਰਹੀ, ਖਤਮ ਹੋ ਰਹੀ ਸੀ, 3 ਦਸੰਬਰ 1986 ਦੇ ਦਿਨ ਬਰਨਾਲੇ ਨੇ 7 ਜ਼ਿਲ੍ਹਿਆਂ ਦੀਆਂ 16 ਤਹਿਸੀਲਾਂ ਜਿਹੜੀਆਂ ਨੇ ਉਹਨੂੰ ਆਰਮਡ ਫੋਰਸਿਸ ਜਿਹੜੀਆਂ ਨੇ ਉਹਦੇ ਹਵਾਲੇ ਕਰਤਾ, ਸਪੈਸ਼ਲ ਪਾਵਰਸ ਐਕਟ ਜਿਹੜਾ 1983 ਦਾ, ਗੜਬੜ ਵਾਲੇ ਇਲਾਕੇ ਸੋਈ ਫੌਜ ਨੂੰ ਸੌਂਪ ਦਿੱਤੇ। ਇਹਨਾਂ ਇਲਾਕਿਆਂ ਵਿੱਚ ਸੀਗਾ ਸਾਰਾ ਅੰਮ੍ਰਿਤਸਰ, ਸਾਰਾ ਗੁਰਦਾਸਪੁਰ, ਸਾਰਾ ਬਟਾਲਾ, ਕਪੂਰਥਲਾ, ਸੁਲਤਾਨਪੁਰ, ਜਲੰਧਰ, ਨਕੋਦਰ, ਹੁਸ਼ਿਆਰਪੁਰ, ਦਸੂਹਾ, ਫਿਰੋਜ਼ਪੁਰ, ਜ਼ੀਰਾ, ਫਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ, ਖੰਨਾ, ਜਗਰਾਓਂ, ਤਹਿਸੀਲਾਂ ਜਿਹੜੀਆਂ ਸਨ ਇਹਦੇ ਵਿੱਚ ਸ਼ਾਮਿਲ ਸਨ। ਫਿਰ ਸਾਡੇ ਕੋਲ 3 ਦਸੰਬਰ 1986 ਦੀ ਘਟਨਾ ਜਿਹੜੀ ਕਿ ਬਹੁਤ ਮਾੜੀ ਘਟਨਾ ਹੈ, ਕਿਉਂਕਿ ਅਸੀਂ ਜਾਣਦੇ ਵੀ 2 ਦਸੰਬਰ ਦੇ ਦਿਨ ਇਹ ਜਦੋਂ ਫੌਜ ਦੇ ਹਵਾਲੇ ਕਰ ਦਿੱਤਾ ਤਾਂ ਬਹੁਤ ਸਾਰੇ ਪਾਸੇ ਜਿਹੜੇ ਆ ਉਹ ਦਹਿਸ਼ਤਗਰਦਾਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ, ਕਿਉਂਕਿ ਉਹਨੂੰ ਸਮਝਦੇ ਸਨ ਫੌਜ ਆ ਗਈ ਤਾਂ ਸਾਡੀ ਮਰਜ਼ੀ ਹੈ। ਤੋ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਆ ਰਿਹਾ ਸੀਗਾ, ਤੋ ਉਸ ਤੋਂ ਪਹਿਲਾਂ ਜਿਹੜਾ ਇੱਕ ਉੱਥੇ ਨਗਰ ਕੀਰਤਨ ਨਿਕਲਦਾ, ਸ਼ਹੀਦੀ ਦਾ ਸ਼ਹੀਦੀ ਜਲੂਸ ਨਿਕਲਦਾ, ਤੋ ਸ਼ਹੀਦੀ ਦਿਨ ਦੇ ਵਾਸਤੇ ਸੰਗਤ ਜਾ ਰਹੀ ਸੀਗੀ ਸੀਸਗੰਜ, ਤੋ ਸੀਸਗੰਜ ਦੇ ਵਿੱਚ ਜਾਂਦਿਆਂ ਸਿੱਖਾਂ ਦੇ ਉੱਤੇ ਜਿਹੜਾ ਉੱਥੇ ਦਹਿਸ਼ਤਗਰਦਾਂ ਨੇ ਹਿੰਦੂਆਂ ਨੇ ਹਮਲੇ ਉਹਨਾਂ 'ਤੇ ਕੀਤੇ, ਉਹਨਾਂ 'ਤੇ ਪੱਥਰ ਮਾਰੇ, ਪੁਲਿਸ ਵਾਲੇ ਦੁਆਲੇ ਚੁੱਪ ਚਾਪ ਖੜੀ ਵੇਖਦੀ ਰਹੀ, ਪਰ ਇਸ ਦੇ ਬਾਵਜੂਦ ਜਿਹੜਾ ਉਹਨਾਂ ਨੇ ਪੁਲਿਸ ਨਿਵਾਰਿਆਂ ਨੇ ਨਹੀਂ ਰੋਕਿਆ। ਸੋ ਇਹ ਬੜੀ ਮਾੜੀ ਘਟਨਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਸੀਸਗੰਜ ਆਣ ਲਿਆ ਸੰਗਤਾਂ ਦੇ ਉੱਤੇ ਜਿਹੜਾ ਇਹਨਾਂ ਨੇ ਦਹਿਸ਼ਤਗਰਦਾਂ ਨੇ ਪੱਥਰ ਮਾਰੇ ਸਨ। ਤੋ ਅੱਗੋਂ ਫਿਰ ਸਾਡੇ ਕੋਲ ਨਕਲੀ ਮੁਕਾਬਲੇ ਦੀਆਂ ਘਟਨਾਵਾਂ ਨੇ, 1987 ਦੀ ਘਟਨਾ ਹੈ, 3 ਦਸੰਬਰ 1987 ਦੇ ਦਿਨ ਪੁਲਿਸ ਨੇ ਗੁਰਮੀਤ ਸਿੰਘ ਅਤੇ ਦਰਸ਼ਨ ਸਿੰਘ ਹਰਦੇ ਵਾਸੇ ਲੁਧਿਆਣਾ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1990 ਦੀ ਘਟਨਾ ਹੈ, ਸਤਨਾਮ ਸਿੰਘ ਸੱਤਾ ਬੁੰਡਾਲਾ ਅਤੇ ਕੁਲਵੰਤ ਸਿੰਘ ਅਸਰ ਉਤਾੜ ਨੂੰ ਪੁਰਸ਼, ਸਤਨਾਮ ਸਿੰਘ ਸੱਤਾ ਜਿਹੜਾ ਤਾਰਾ ਸਿੰਘ ਦਾ ਪੁੱਤਰ ਬੁੰਡਾਲੇ ਵਾਸੀ ਸੀਗਾ, ਅਤੇ ਜਿਹੜਾ ਕੁਲਵੰਤ ਸਿੰਘ ਹੈ ਪਾਲਾ ਸਿੰਘ ਦਾ ਪੁੱਤਰ ਅਸਰ ਉਤਾੜ ਦਾ ਵਾਸੀ ਸੀਗਾ, ਇਹਨਾਂ ਨੂੰ 3 ਦਸੰਬਰ 1990 ਦੇ ਦਿਨ ਪੁਲਿਸ ਨੇ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1991 ਦੀ ਘਟਨਾ ਹੈ, 3 ਦਸੰਬਰ 1991 ਦੇ ਦਿਨ ਪੁਲਿਸ ਨੇ ਤਰਸੇਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬੰਡਾਲਾ ਅਤੇ ਹੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤੁਰ ਪਿੰਡ ਜਿਹੜਾ ਇਹਨਾਂ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1992 ਦੀ ਘਟਨਾ ਹੈ, ਜਿਹੜਾ ਪੰਥਕ ਕਮੇਟੀ ਦਾ ਖਾਲਿਸਤਾਨ ਕਮਾਂਡੋ ਫੋਰਸ ਦਾ ਜਰਨੈਲ ਸੀਗਾ ਹਰਮਿੰਦਰ ਸਿੰਘ ਸੁਲਤਾਨਵੁੱਡ ਵਿੰਡ,
ਨਵਰੂਪ ਸਿੰਘ ਟੋਟੀਆਂ, ਪੁੱਤਰ ਕਸ਼ਮੀਰ ਸਿੰਘ ਵਾਸੀ ਬੁਰਜ ਰਾਏਕੇ ਨੇੜੇ ਸਲਾਲੀ ਜ਼ਿਲ੍ਹਾ ਤਰਨ ਤਾਰਨ ਅਤੇ 14 ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਇਹ ਘਟਨਾ 3 ਦਸੰਬਰ 1992 ਦੀ ਹੈ। ਸੋ ਇਹ ਸਨ 1992 ਦੀ ਘਟਨਾਵਾਂ ਜਿਹਨਾਂ ਦਾ ਮੈਂ ਤੁਹਾਡੇ ਨਾਲ ਚਰਚਾ ਕੀਤਾ ਹੈ। ਸ਼ੁਕਰੀਆ।